ਅੰਬੂ ਬਾਰਡਰ ਤੇ ਇਸ ਵੇਲੇ ਅਸੀਂ ਮੌਜੂਦ ਹਾਂ। ਵੱਡੀ ਗਿਣਤੀ ਦੇ ਵਿੱਚ ਕਿਸਾਨਾਂ ਨੇ ਪੱਕਾ ਮੋਰਚਾ ਇੱਥੇ ਲਗਾਇਆ ਹੋਇਆ ਤਾਂ ਅੱਜ ਮੋਰਚੇ ਦਾ ਦੂਜਾ ਦਿਨ ਹੈਗਾ। ਪੂਰੀ ਤਸਵੀਰ ਤੁਹਾਨੂੰ ਇਸ ਵੇਲੇ ਦਿਖਾ ਦਿੰਦੇ ਹਾਂ ਕਿ ਕਿਸ ਤਰੀਕੇ ਦੇ ਇਸ ਵੇਲੇ ਇੱਥੇ ਹਾਲਾਤ ਹੈਗੇ ਨੇ। ਇੱਕ ਪਾਸੇ ਕਿਸਾਨ ਡਟੇ ਹੋਏ ਨੇ, ਦੂਜੇ ਪਾਸੇ ਪੁਲਿਸ ਫੋਰਸ ਦੇ ਵੱਲੋਂ ਜਿਹੜਾ ਪੱਕਾ ਮੋਰਚਾ ਲਾਇਆ ਹੋਇਆ ਤਾਂ ਵੱਡੀ ਗਿਣਤੀ ਦੇ ਵਿੱਚ ਕਿਸਾਨ ਇੱਥੇ ਮੌਜੂਦ ਹੈਗੇ ਨੇ। ਤਾਂ ਪੂਰੀ ਤਸਵੀਰ ਇੱਕ ਵਾਰ ਪਿੱਛੇ ਤੱਕ ਦਿਖਾਓ ਕਿ ਲੰਬੀਆਂ ਲਾਈਨਾਂ ਟਰੈਕਟਰਾਂ ਦੀਆਂ ਲੱਗੀਆਂ ਹੋਈਆਂ ਨੇ। ਨਿਹੰਗ ਫੌਜਾਂ ਇੱਥੇ ਪਹੁੰਚੀਆਂ ਹੋਈਆਂ ਨੇ, ਟਰੈਕਟਰਾਂ ਤੇ ਕਿਸਾਨ ਪੰਜਾਬ ਹਰਿਆਣੇ ਤੋਂ ਇੱਥੇ ਪਹੁੰਚ ਚੁੱਕੇ ਨੇ। ਵੱਡੀ ਗਿਣਤੀ ਦੇ ਵਿੱਚ ਇੱਥੇ ਕਿਸਾਨ ਮੌਜੂਦ ਹੈਗੇ ਨੇ। ਤਾਂ ਦੂਜੇ ਪਾਸੇ ਇੱਕ ਵਿਲੱਖਣ ਤਸਵੀਰ ਤੁਹਾਨੂੰ ਅੱਜ ਦਿਖਾਉਂਦੇ ਹਾਂ ਕਿ ਪਤੰਗਾਂ ਚੜਾਉਣੀਆਂ ਜਿਹੜੀਆਂ ਨੇ ਉਹ ਨੌਜਵਾਨਾਂ ਨੇ ਸ਼ੁਰੂ ਕਰ ਦਿੱਤੀਆਂ ਨੇ। ਤਾਂ ਡਰੋਨਾਂ ਦੇ ਨਾਲ ਕਹਿ ਲਓ ਕਿ ਪੰਗੇ ਲੈਣ ਵਾਸਤੇ ਇਹ ਪਤੰਗ ਜਿਹੜੇ ਨੇ ਉਹ ਚੜਾਏ ਜਾ ਰਹੇ ਨੇ ਕਿ ਡਰੋਨ ਜਦੋਂ ਇੱਧਰ ਆਉਣਗੇ ਤਾਂ ਇਹ ਪਤੰਗ ਜਿਹੜੇ ਨੇ ਉਹਦੇ ਵਿੱਚ ਫਸ ਜਾਣਗੇ। ਤਾਂ ਇਸ ਤਰੀਕੇ ਦੇ ਨਾਲ ਜਿਹੜੀ ਆ ਉਹ ਰਣਨੀਤੀ ਕਹਿ ਲਓ ਕਿ ਇੱਕ ਤਿਆਰ ਕੀਤੀ ਗਈ ਹੈ, ਕਿਉਂਕਿ ਕੱਲ੍ਹ ਡਰੋਨ ਦੇ ਨਾਲ ਬਹੁਤ ਸਾਰੇ ਅਥਰੂ ਗੈਸ ਦੇ ਗੋਲੇ ਜਿਹੜੇ ਸੀਗੇ ਉਹ ਸੁੱਟੇ ਗਏ ਸੀਗੇ। ਤਾਂ ਬੜਾ ਸਾਰਾ ਨੁਕਸਾਨ ਵੀ ਹੋਇਆ ਸੀਗਾ, ਬੜੇ ਸਾਰੇ ਕਿਸਾਨ ਜਿਹੜੇ ਸੀਗੇ ਉਹ ਜ਼ਖਮੀ ਹੋ ਗਏ ਸੀਗੇ। ਤਾਂ ਜਿਨ੍ਹਾਂ ਨੂੰ ਹਸਪਤਾਲਾਂ ਦੇ ਵਿੱਚ ਦਾਖਲ ਕਰਵਾਇਆ ਗਿਆ ਸੀਗਾ, ਤਾਂ ਸਾਹਮਣੇ ਇਹ ਬੈਰੀਗੇਟ ਲਾਏ ਹੋਏ ਨੇ ਪੁਲਿਸ ਦੇ ਵੱਲੋਂ, ਜਿੱਥੇ ਵੱਡੀ ਗਿਣਤੀ 'ਚ ਫੋਰਸ ਤੈਨਾਤ ਕੀਤੀ ਗਈ ਹੈ। ਉੱਥੇ ਅੱਗੇ ਜਿਹੜੀਆਂ ਨੇ ਸੀਮਟ ਦੀਆਂ ਦੀਵਾਰਾਂ ਜਿਹੜੀਆਂ ਨੇ ਵੱਡੀਆਂ ਵੱਡੀਆਂ ਉਹ ਕੀਤੀਆਂ ਹੋਈਆਂ ਨੇ। ਅਥਰੂ ਗੈਸ ਦੇ ਗੋਲੇ ਉੱਥੋਂ ਸੁੱਟੇ ਜਾ ਰਹੇ ਨੇ, ਵਾਟਰ ਕੈਨਨ ਜਿਹੜੇ ਨੇ ਉਹ ਉੱਥੇ ਲਾਏ ਹੋਏ ਨੇ। ਤਾਂ ਸਾਰੇ ਪੁਲਿਸ ਦੇ ਵੱਲੋਂ ਪ੍ਰਬੰਧ ਜਿਹੜੇ ਨੇ ਅੱਗੇ ਕੀਤੇ ਹੋਏ ਨੇ। ਤਾਂ ਦੂਜੇ ਪਾਸੇ ਕਿਸਾਨ ਡਟੇ ਹੋਏ ਨੇ, ਟਰੈਕਟਰ ਟਰਾਲੀਆਂ ਦੇ ਵਿੱਚ ਪੱਕਾ ਮੋਰਚਾ ਇੱਥੇ ਲਗਾ ਦਿੱਤਾ ਗਿਆ ਔਰ ਕਿਹਾ ਗਿਆ ਕਿ ਜਦੋਂ ਤੱਕ ਮੰਗਾਂ ਮੰਨੀਆਂ ਨਹੀਂ ਜਾਂਦੀਆਂ ਉਹਨਾਂ ਤੱਕ ਇੱਥੋਂ ਕਿਸਾਨ ਨਹੀਂ ਜਾਣਗੇ। ਤਾਂ ਵੱਡੀ ਗਿਣਤੀ 'ਚ ਕਿਸਾਨ ਇੱਥੇ ਪਹੁੰਚੇ ਹੋਏ ਨੇ। ਕੱਲ੍ਹ ਦੇ ਨਾਲੋਂ ਅੱਜ ਹੋਰ ਜ਼ਿਆਦਾ ਜਿਹੜਾ ਉਹ ਕਿਸਾਨਾਂ ਦਾ ਇਕੱਠ ਜਿਹੜਾ ਉਹ ਨਜ਼ਰ ਆ ਰਿਹਾ। ਤਾਂ ਵੱਡੀ ਗਿਣਤੀ 'ਚ ਆਏ ਹੋਏ ਨੇ। ਤਾਂ ਬਾਪੂ ਜੀ ਤੁਸੀਂ ਕਿੱਥੋਂ ਆਏ ਹੋ? ਹੌਸਲੇ ਜਿਹੜੇ ਨੇ ਉਹ ਪੂਰੇ ਬਣੇ ਹੋਏ ਨੇ ਕਿਸਾਨਾਂ ਦੇ। ਤਾਂ ਇਸ ਵੇਲੇ ਇੱਥੇ ਅਨਾਉਂਸਮੈਂਟਾਂ ਕੀਤੀਆਂ ਜਾ ਰਹੀਆਂ ਨੇ, ਲੰਗਰ ਜਿਹੜੇ ਨੇ ਉਹ ਚਲਾਏ ਜਾ ਰਹੇ ਨੇ, ਪਾਣੀ ਦਾ ਪ੍ਰਬੰਧ ਕੀਤਾ ਹੋਇਆ, ਚਾਹ ਦੇ ਲੰਗਰ ਚੱਲ ਰਹੇ ਨੇ, ਪ੍ਰਸ਼ਾਦਾ ਪਾਣੀ ਜਿਹੜਾ ਉਹ ਛਕਾਇਆ ਜਾ ਰਿਹਾ। ਤਾਂ ਇਸ ਵੇਲੇ ਪੂਰਾ ਸ਼ਾਂਤੀਪੂਰਵਕ ਇਹ ਮੋਰਚਾ ਚੱਲ ਰਿਹਾ। ਤਾਂ ਵੱਡੀ ਗਿਣਤੀ 'ਚ ਕਿਸਾਨ ਟਰੈਕਟਰ ਟਰਾਲੀਆਂ ਲੈ ਕੇ ਪੰਜਾਬ ਹਰਿਆਣੇ ਤੋਂ ਇੱਥੇ ਆਏ ਹੋਏ ਨੇ। ਤਾਂ ਪਤੰਗਾਂ ਜਿਹੜੀਆਂ ਨੇ ਨੌਜਵਾਨਾਂ ਦੇ ਵੱਲੋਂ ਚੜਾਈਆਂ ਜਾ ਰਹੀਆਂ ਨੇ, ਪਤੰਗਾਂ ਜਿਹੜੀਆਂ ਨੇ ਉਹ ਨੌਜਵਾਨਾਂ ਨੇ ਇੱਥੇ ਅਸਮਾਨੀ ਉਡਾਈਆਂ ਹੋਈਆਂ ਨੇ ਕਿ ਜੇਕਰ ਡਰੋਨ ਆਉਣਗੇ ਤਾਂ ਇਹਨਾਂ ਪਤੰਗਾਂ ਦੇ ਵਿੱਚ ਆ ਕੇ ਫਸ ਜਾਣਗੇ। ਤਾਂ ਇਹ ਸਾਰੀ ਇੱਕ ਰਣਨੀਤੀ ਕਹਿ ਲਓ ਕਿ ਤਿਆਰ ਕੀਤੀ ਗਈ ਹੈ ਕਿਸਾਨਾਂ ਦੇ ਵੱਲੋਂ ਕਿ ਡਰੋਨਾਂ ਦੇ ਨਾਲ ਕਿਵੇਂ ਜਿਹੜਾ ਉਹ ਨਜਿੱਠਿਆ ਜਾਣਾ ਹੈਗਾ। ਤਾਂ ਇੱਕ ਪਾਸੇ ਇੱਧਰ ਜਹਾਜ਼ ਜਿਹੜੇ ਨੇ ਉਹ ਚਾੜੇ ਨੇ, ਕਿਉਂਕਿ ਅੰਬਾਲੇ ਦਾ ਏਅਰਪੋਰਟ ਲਾਗੇ ਹੈਗਾ ਤਾਂ ਉੱਥੋਂ ਜਿਹੜੇ ਨੇ ਜਹਾਜ਼ ਫਲਾਈ ਕਰ ਰਹੇ ਨੇ ਆਰਮੀ ਦੇ। ਤਾਂ ਇਹ ਸਾਰਾ ਪੂਰਾ ਏਰੀਆ ਜਿੱਥੇ ਹਾਈਵੇ ਇਹ ਹੈਗਾ NH1, ਜਿੱਥੇ ਹਜ਼ਾਰਾਂ ਲੱਖਾਂ ਦੀ ਤਾਦਾਦ ਦੇ ਵਿੱਚ ਗੱਡੀਆਂ ਰੋਜ਼ਾਨਾ ਗੁਜ਼ਰਦੀਆਂ ਨੇ, ਤਾਂ ਇਸ ਵੇਲੇ ਜਿਵੇਂ ਸਿੰਘੂ ਦੇ ਉੱਪਰ ਮਾਹੌਲ ਬਣ ਗਿਆ ਸੀਗਾ ਤਾਂ ਉਵੇਂ ਹੀ ਮਾਹੌਲ ਜਿਹੜਾ ਉਹ ਇਸ ਵੇਲੇ ਇੱਥੇ ਬਣਿਆ ਹੋਇਆ। ਤਾਂ ਕਿਸਾਨ ਜਿਹੜੇ ਨੇ ਵੱਡੀ ਗਿਣਤੀ 'ਚ ਇੱਥੇ ਆਏ ਹੋਏ ਨੇ, ਟਰੈਕਟਰ ਜਿਹੜੇ ਨੇ ਸ਼ਿੰਗਾਰ ਕੇ ਲਿਆਂਦੇ ਗਏ ਨੇ, ਨਿਹੰਗ ਫੌਜਾਂ ਜਿਹੜੀਆਂ ਨੇ ਉਹ ਇੱਥੇ ਪਹੁੰਚੀਆਂ ਹੋਈਆਂ ਨੇ। ਤਾਂ ਗੱਲਬਾਤ ਕਰਨ ਦੀ ਵੀ ਕੋਸ਼ਿਸ਼ ਜਿਹੜੀ ਹੈ ਉਹ ਜ਼ਰੂਰ ਕਰਾਂਗੇ ਨਿਹੰਗ ਫੌਜਾਂ ਦੇ ਨਾਲ ਵੀ। ਤਾਂ ਇੱਧਰ ਵੀਰ ਹੁਣੀ ਪਤੰਗ ਜਿਹੜੇ ਨੇ ਉਡਾ ਰਹੇ ਨੇ, ਤਾਂ ਬਈ ਪਤੰਗ ਚੜਾਏ ਹੋਏ ਨੇ ਕਾਰਨ ਵੀਰ ਡਰੋਨ ਨਹੀਂ ਅੱਗੇ ਆਊਗਾ। ਹਾਂ, ਡਰੋਨ ਇਹਦੇ ਵਿੱਚ ਫਸ ਜਾਏਗਾ ਜੇਕਰ ਆਇਆ ਤਾਂ। ਜਦੋਂ ਆਊਗਾ ਨੇੜੇ ਜਾ ਕੇ ਆਪਾਂ ਢਿੱਲ ਛੱਡ ਦੇਣੀ ਆ, ਉਹਦੇ ਨਾਲ ਡਰੋਨ ਨੂੰ ਕੋਈ ਨਾ ਕੋਈ ਅਸਰ ਤਾਂ ਪਊਗਾ ਜੀ।
ਲੱਗੇ ਹੋਏ ਨੇ ਕਹਿੰਦੇ ਨੇ ਕਿ ਅਸੀਂ ਜਿਹੜਾ ਓਹਦੇ ਨਾਲ ਚੱਲ ਰਹੇ ਆ। ਤਾਂ ਬਾਬਾ ਜੀ ਕਿਹੜੀ ਜਗ੍ਹਾ ਤੋਂ ਆਏ ਹੋ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਟਾਈਮ ਪਾਸ਼ੋ ਅਸੀਂ ਚੰਡੀਗੜ੍ਹ ਆਏ ਹਾਂ ਮੋਰਚੇ ਦੇ ਵਿੱਚੋਂ। ਕੱਲ੍ਹ ਤੇ ਆਏ ਤੇ ਆ, ਤੇ ਪਹਿਲੋਂ ਵੀ ਆਦਰ ਪਰਸੋਂ ਰਾਤ ਨੂੰ ਜਿੱਦਣ ਆਇਆ ਸੀ ਉੱਧਰ ਵੀ ਅਸੀਂ ਆ ਗਏ ਕਿ ਉੱਥੋਂ ਆ ਕੇ ਅਸੀਂ ਮਹਾਰਾਜ ਦੀ ਕਿਰਪਾ ਮੋਰਚੇ ਦੇ ਵਿੱਚ ਆ ਕੇ ਇੱਥੇ ਵੇਖਣ ਦੇ ਕਿ ਹਾਂ ਵੀ ਸਾਰਾ ਮਤਲਬ ਆਪਣਾ ਵੇਖਣ ਦੇ ਕਿ ਸਵੇਰ ਤੋਂ ਲੈ ਕੇ 24 ਘੰਟੇ ਹੋ ਗਏ, 24 ਘੰਟੇ ਦੇ ਵਿੱਚ ਇਹਨਾਂ ਨੇ 24 ਘੰਟੇ ਆਸੂ ਗੈਸ ਜੋ ਇਹਨਾਂ ਕੋਲ ਆਇਆ ਸੀ ਉਹ ਚਲਾਉਂਦੇ। ਤੇ ਅਸੀਂ ਕਹਿੰਦੇ ਕਿ ਬਈ ਤੁਹਾਡੇ ਕੋਲ ਆਸੂ ਗੈਸ ਹੈ, ਆਸੂ ਗੈਸ ਤੇ ਉੱਪਰ ਵੀ ਤੁਹਾਡੇ ਕੋਲ ਆਇਆ, ਤੁਹਾਡੇ ਕੋਲ ਬੰਬ ਵੀ ਆ, ਰੋਕਟ ਵੀ, ਲਾਂਚਰ ਵੀ ਆ, ਸਭ ਕੁਛ ਚਲਾ ਕੇ ਵੇਖ ਲਓ, ਕੋਈ ਚੱਕਰ ਨਹੀਂ ਆ, ਅਸੀਂ ਤੇ ਖੜੇ ਇੱਥੇ ਡਟ ਕੇ ਬੈਠੇ ਆ। ਮਗਰ ਪਤਾ ਕੀ, ਜਿਹੜੀ ਸਰਕਾਰਾਂ ਆ, ਸਰਕਾਰਾਂ ਨੂੰ ਇੰਨਾ ਮਾੜਾ, ਸਰਕਾਰਾਂ ਨੂੰ ਇੰਨੀ ਨੌਲੇਜ ਹੋਣੀ ਚਾਹੀਦੀ ਹੈ ਕਿ ਵੇਖੋ ਜੇ ਆ ਪੰਜਾਬ ਹੈ ਨਾ, ਤੁਹਾਡਾ ਇੱਧਰ ਨੂੰ ਡਰਾਉਣਾ ਆਉਣਾ ਚਾਹੀਦਾ, ਨਾ ਆਸੂ ਗੈਸ ਕੋਈ, ਆ ਪੰਜਾਬ ਦੀ ਹੱਦ ਆ, ਤੇ ਤੁਸੀਂ ਏਦਾਂ ਮਤਲਬ ਇਹ ਬਾਰਡਰ ਨਹੀਂ ਆ, ਜੇ ਤੁਹਾਡੇ ਸਾਹਮਣੇ ਇਹ ਬਾਰਡਰ ਆ ਤੇ ਤੁਸੀਂ ਭਾਵੇਂ ਜਿੱਦਾਂ ਮਰਜ਼ੀ ਫਿਰ ਜੋ ਬਾਰਡਰ ਤੇ ਚੀਜ਼ ਵਰਤਦੀ ਹੈ ਉਹ ਵਰਤੋ, ਏਦਾਂ ਫਾਇਦਾ ਕੱਖ ਨਹੀਂ ਹੈ ਕਿ ਛੋਟੀਆਂ ਛੋਟੀਆਂ ਜਿਹੀਆਂ ਬੰਬੀਆਂ ਜੀ ਭੇਜ ਮਤਲਬ ਜਿਹੜੇ ਪਟਾਕੇ ਜੇ ਭੇਜੋਗੇ ਤੇ ਉਹ ਫਾਇਦਾ ਕੱਖ ਨਹੀਂ ਆ, ਏਦਾਂ ਸਿੰਘ ਨਹੀਂ ਉੱਠਦੇ, ਤੁਸੀਂ ਗੋਲੇ ਬੰਬ ਚਲਾਓ, ਜੇ ਸਿੰਘ ਖਤਮ ਹੋਵੇ ਫਿਰ ਤੁਸੀਂ ਅੱਗੇ ਨੂੰ ਵਧਿਓ। ਠੀਕ ਹੈ ਗੱਲ ਤਾਂ ਇਹ। ਹੋਰ ਵੀ ਨਿਹੰਗ ਸਿੰਘ ਸਾਡੇ ਨਾਲ ਮੌਜੂਦ ਨੇ, ਤਾਂ ਬਾਬਾ ਜੀ ਕਿਹੜੀ ਜਗ੍ਹਾ ਤੋਂ ਆਏ ਹੋ? ਆਪਣਾ ਸਥਾਨ ਹੈ ਜੀ ਕਿਲਾ ਲੋਹਗੜ੍ਹ। ਅੱਛਾ ਜੀ, ਹਿਮਾਚਲ ਹਰਿਆਣੇ ਦਾ ਬਾਰਡਰ ਤੇ ਪੈ ਜਾਂਦਾ ਜੀ। ਠੀਕ ਹੈ, ਇਹ ਮੋਟਰਸਾਈਕਲ ਲੈ ਕੇ ਆਏ ਹੋ, ਸਪੈਸ਼ਲ ਹੈ ਕੋਈ? ਇਹ ਸਪੈਸ਼ਲ ਇੱਦਾਂ ਆ ਜੀ, ਉੱਥੇ ਉਹ ਪਹਾੜੀ ਸਥਾਨ ਆ ਜੀ, ਤੇ ਪਹਾੜਾਂ 'ਚ ਥੋੜੀਆਂ ਉੱਚੀਆਂ ਬਾਈਕਾਂ ਚੱਲਦੀਆਂ, ਇਸ ਕਰਕੇ ਆਪਾਂ ਘੋੜਾ ਰੱਖਿਆ ਹੈ, ਆਪਣਾ ਜਾਨ ਭਾਈ ਆ ਜੀ, ਇਹ ਆਪਣਾ ਭਰਾ ਹੀ ਆ, ਅੰਗ ਸੰਗ ਰਹਿੰਦੇ ਹਾਂ ਜੀ, ਅਸੀਂ ਚੱਕਰਵਰਤੀ ਰਹਿੰਦੇ ਹਾਂ ਇਹਦੇ ਉੱਤੇ ਹੀ ਰਹਿੰਦੇ ਹਾਂ ਜੀ। ਹਾਂਜੀ। ਅੱਛਾ, ਕਿਵੇਂ ਹਾਲਾਤ ਕਿਵੇਂ ਨਜ਼ਰ ਆ ਰਹੇ ਨੇ ਇੱਥੇ? ਹਾਲਾਤ ਦੇਖੋ ਜੀ, ਤੁਹਾਡੇ ਸਾਹਮਣੇ ਮਾੜੇ ਆ ਜੀ, ਇਹ ਕਿਸਾਨਾਂ ਦੀਆਂ ਸੜਕਾਂ ਆ, ਕਿਸਾਨਾਂ ਦੇ ਪੈਸੇ ਨਾਲ ਬਣੀਆਂ ਜੀ, ਤੇ ਇਹਨਾਂ ਨੂੰ ਇਹਨਾਂ ਨੇ ਪੱਟ ਕੇ ਸਮਿੰਟ ਭਰ ਕੇ ਤੇ ਕਿਸਾਨਾਂ ਦਾ ਰਾਹ ਰੋਕਿਆ ਹੋਇਆ ਜੀ। ਹੁਣ ਦਿੱਲੀ ਸਾਡੀ ਓ ਆ ਜੀ, ਅਸੀਂ ਉਹ ਜਿੱਤ ਕੇ ਇਹਨਾਂ ਦੇ ਪੱਲੇ ਚ ਪਾਈ ਆ, 20 ਵਾਰੀ ਅਸੀਂ ਦਿੱਲੀ ਜਿੱਤ ਲਈ ਆ, ਪਿਛਲੀ ਵਾਰੀ ਫੇਰ ਜਿੱਤ ਕੇ ਆਏ ਆ, ਜੇ ਅਸੀਂ ਕਬਜ਼ਾ ਕਰਨਾ ਹੁੰਦਾ ਅਸੀਂ ਪਿਛਲੀ ਵਾਰੀ ਉੱਥੇ ਨਾ ਬੈਠੇ ਰਹਿੰਦੇ, ਅਸੀਂ ਆਪਣਾ ਕੰਮ ਕੀਤਾ, ਇਹਨਾਂ ਨੇ ਕਮਿਟਮੈਂਟ ਸਾਡੇ ਨਾਲ ਕੀਤੀ ਤੇ ਅਸੀਂ ਵਾਪਸ ਆ ਗਏ ਆ ਜੀ, ਹੁਣ ਇਹ ਕਮਿਟਮੈਂਟ ਤੋਂ ਮੁਕਰ ਗਏ ਆ ਤੇ ਇਹਨਾਂ ਦੀ ਫੇਰ ਧੋਣ ਦੇ ਗੋਡਾ ਅਸੀਂ ਰੱਖਣ ਚੱਲੇ ਆ ਜੀ, ਫੇਰ ਇਹਨਾਂ ਨੂੰ ਗੱਲਾਂ ਮਨਾਉਣੀਆਂ। ਜਿਵੇਂ ਪਿਛਲੀ ਵਾਰੀ ਨਿਹੰਗ ਫੌਜਾਂ ਘੋੜੇ ਲੈ ਕੇ ਇੱਥੇ ਪਹੁੰਚ ਗਈਆਂ ਸੀਗੀਆਂ, ਜੇਕਰ ਹਾਲਾਤ ਬਣਦੇ ਨੇ ਤਾਂ ਫੇਰ ਆਉਣਗੇ? ਦੇਖੋ ਜੀ, ਹਾਲਾਤ ਬਣਦੇ ਜਾ ਰਹੇ ਆ, ਕਿਉਂਕਿ ਇਹ ਆਮ ਸੰਗਤ ਆ ਜੀ, ਇਹ ਕੋਈ ਵੀ ਕਿਸਾਨ ਤੁਸੀਂ ਦੇਖੋਗੇ ਨਿਗਾਹ ਮਾਰੋਗੇ ਕੋਈ ਸ਼ਸਤਰਧਾਰੀ ਨਹੀਂ ਹੈਗਾ, ਸਾਰੀਆਂ ਛੋਟੀਆਂ ਛੋਟੀਆਂ ਝੰਡੀਆਂ ਫੜੀਆਂ ਇਹਨਾਂ ਨੇ, ਇਹਨਾਂ ਦੇ ਨਿਹੱਥੇ ਦੇਖ ਕੇ ਤੇ ਪੁਲਿਸ ਜਬਰ ਬਹੁਤ ਕਰ ਰਹੀ ਆ ਜੀ, ਇਹਨਾਂ ਦੇ ਟਰੈਕਟਰ ਵੀ ਹੈਗੇ ਆ, ਉਹ ਵੀ ਭੰਨ ਤੋੜ ਕੀਤੀ ਆ ਜੀ ਟਰੈਕਟਰਾਂ ਦੀ ਕਿਸਾਨਾਂ ਦੇ, ਜੇ ਇਹਨਾਂ ਦੇ ਜਬਰ ਵਧੂਗਾ ਤੇ ਫੌਜ ਨੇ ਪਿੱਛੋਂ ਚਾਲੇ ਮਾਰ ਦੇਣੇ ਆ ਜੀ। ਹਾਂਜੀ, ਸਥਿਤੀ ਕੀ ਗੱਲ ਲੱਗ ਰਹੀ ਆ? ਕੱਲ ਆਏ ਸੀਗੇ ਤੁਸੀਂ ਇੱਥੇ? ਕੱਲ ਅਸੀਂ 11 ਵਜੇ ਤੋਂ ਇੱਥੇ ਹੀ ਆ ਜੀ, ਪੂਰਾ ਦਿਨ ਅਸੀਂ ਡਟ ਕੇ ਮੁਕਾਬਲਾ ਕੀਤਾ, ਫੱਟੜ ਹੋਏ ਆ ਜੀ, ਪਰ ਅਸੀਂ ਪੈਰ ਪਿੱਛੇ ਨਹੀਂ ਹਟਿਆ ਰੱਖਿਆ। ਜਿਵੇਂ ਅਥਰੂ ਗੈਸ ਦੇ ਗੋਲੇ ਆ ਰਹੇ ਸੀਗੇ, ਡਰੋਨ ਜਿਹੜੇ ਸੀਗੇ ਉਹ ਛੱਡੇ ਜਾ ਰਹੇ ਸੀਗੇ, ਲੱਗਦਾ ਅੱਜ ਠੱਲ ਪਈ ਥੋੜੀ? ਅਥਰੂ ਗੈਸ ਦਾ ਗੋਲਾ ਸਾਡੇ ਕੋਈ ਨਹੀਂ ਵਿਗਾੜ ਸਕਦਾ ਜੀ, ਸਾਰਾ ਦਿਨ ਸਾਡੀ ਫੌਜ ਜਿਹੜੀ ਆ ਘੁੰਮਦੇ ਰਹੀ ਆ ਵਿੱਚ, ਆ ਨਿਹੰਗ ਸਿੰਘ ਫੌਜਾਂ ਸਾਰੀਆਂ ਅਥਰੂ ਗੈਸ ਦੇ ਗੋਲਿਆਂ ਚ ਰਹੀਆਂ, ਉਹਦੇ ਨਾਲ ਸਾਡੇ ਤੇ ਕੋਈ ਅਸਰ ਨਹੀਂ ਹੈਗਾ ਜੀ, ਜਿੰਨੀ ਮਰਜ਼ੀ ਚਲਾ ਲੈਣੇ, ਪਰ ਇਹ ਆ ਵੀ ਜਿਹੜੇ ਆਮ ਕਿਸਾਨ ਆ ਵਿਚਾਰੇ, ਇਹ ਘਰਾਂ ਚ ਖੇਤੀਬਾੜੀਆਂ ਕਰਦੇ ਆ, ਠੀਕ ਹੈ ਜੀ,
ਕੇ ਕੋਈ ਦਮੇ ਦਾ ਮਰੀਜ਼ ਆ ਕੋਈ ਕਿੱਦਾਂ ਆ ਤੇ ਪੱਤਰਕਾਰ ਵੀਰ ਆ ਪੱਤਰਕਾਰ ਭੈਣ ਆ ਕੱਲ ਅਸੀਂ ਦੇਖੀ ਆ ਉਹ ਵਿਚਾਰੀ ਫੱਟੜ ਹੋ ਗਈ ਬਿਲਕੁਲ ਡਿੱਗ ਪਈ ਤੇ ਉਹਨੂੰ ਆਪਣਾ ਖਿੱਚ ਕੇ ਇੱਥੇ ਕਿਸਾਨ ਜਿਹੜੇ ਲੈ ਕੇ ਆਏ ਆ ਪਿੱਛੇ ਵੀ ਪਾਣੀ ਪੂਣੀ ਪਿਆਇਆ ਉਹਨੂੰ ਵਿਚਾਰੀ ਨੂੰ ਉਹਦੀ ਬਹੁਤ ਮਾੜੀ ਹਾਲਤ ਹੋ ਗਈ ਸੀ ਵੀ ਏਦਾਂ ਦੇ ਬੰਦੇ ਆ ਜਿਹੜੇ ਉਹ ਆਪਣੇ ਥੋੜੀ ਇਹਨਾਂ ਨੂੰ ਵੀ ਸੁਰੱਖਿਆ ਆਪਣੀ ਰੱਖਣੀ ਚਾਹੀਦੀ ਆ ਫੌਜ ਨੂੰ ਕੋਈ ਡਰ ਨਹੀਂ ਹੈਗਾ ਜੀ ਭਾਵੇਂ ਸਿੱਧੀਆਂ ਗੋਲੀਆਂ ਮਾਰਨ ਠੀਕ ਹੈ ਬਾਬਾ ਜੀ ਤਾਂ ਨਿਹੰਗ ਫੌਜਾਂ ਜਿਹੜੀਆਂ ਨੇ ਉਹ ਵੀ ਇਸ ਵੇਲੇ ਇੱਥੇ ਡਟੀਆਂ ਹੋਈਆਂ ਨੇ ਤਾਂ ਇਹ ਪਤੰਗ ਨੌਜਵਾਨਾਂ ਦੇ ਵੱਲੋਂ ਇੱਥੇ ਚਾੜ ਦਿੱਤੇ ਗਏ ਨੇ ਤਾਂ ਪਤੰਗ ਜਿਹੜੇ ਨੇ ਉਹ ਚਾੜੇ ਗਏ ਨੇ ਕਿ ਜੇਕਰ ਡਰੋਨ ਆਉਂਦੇ ਨੇ ਤਾਂ ਇਹਨਾਂ ਦੇ ਵਿੱਚ ਫਸ ਜਾਣਗੇ ਤਾਂ ਇਹ ਸਟ੍ਰੈਟਜੀ ਜਿਹੜੀ ਆ ਕਿਸਾਨਾਂ ਦੇ ਵੱਲੋਂ ਬਣਾਈ ਗਈ ਹੈ ਜੇਕਰ ਅਥਰੂ ਗੈਸ ਦੇ ਗੋਲੇ ਡਿੱਗ ਵੀ ਜਾਂਦੇ ਨੇ ਤਾਂ ਇਹ ਦੇਖੋ ਆ ਲਾਗੇ ਤੁਹਾਨੂੰ ਦਿਖਾ ਦਿੰਦੇ ਹਾਂ ਮੈਨੂੰ ਆ ਜਿਹੜੇ ਟੈਂਕਰ ਦੇ ਉੱਪਰ ਤੁਸੀਂ ਖੜੇ ਹੋ ਤਾਂ ਇਹ ਟੈਂਕਰ ਦੇ ਲਾਗੇ ਥੱਲੇ ਬੋਰੀਆਂ ਪਈਆਂ ਨੇ ਭਿਉਂ ਭਿਉਂ ਕੇ ਰੱਖੀਆਂ ਹੋਈਆਂ ਨੇ ਜੇਕਰ ਕੋਈ ਅਥਰੂ ਗੈਸ ਦਾ ਗੋਲਾ ਡਿੱਗਦਾ ਇੱਥੇ ਆ ਕੇ ਤਾਂ ਉਹਦੇ ਉੱਪਰ ਤੁਰੰਤ ਜਿਹੜੀ ਆ ਉਹ ਬੋਰੀ ਸੁੱਟ ਦਿੱਤੀ ਜਾਂਦੀ ਆ ਤਾਂ ਅਥਰੂ ਗੈਸ ਦਾ ਜਿਹੜਾ ਅਸਰ ਹੈ ਉਹ ਖਤਮ ਹੋ ਜਾਂਦਾ ਤਾਂ ਇਸ ਤਰੀਕੇ ਦੇ ਨਾਲ ਜਿਹੜੀ ਆ ਉਹ ਸਟ੍ਰੈਟਜੀ ਬਣਾਈ ਗਈ ਹੈ ਤਾਂ ਸ਼ੰਭੂ ਬਾਰਡਰ ਤੇ ਇਸ ਵੇਲੇ ਕਿਸਾਨਾਂ ਦਾ ਇਕੱਠ ਪੂਰੀ ਤਰ੍ਹਾਂ ਕਾਇਮ ਹੈਗਾ ਵੱਡੀ ਗਿਣਤੀ 'ਚ ਕਿਸਾਨ ਇੱਥੇ ਪਹੁੰਚ ਰਹੇ ਨੇ ਗੱਲਬਾਤ ਜਿਹੜੀ ਆ ਕਿਸਾਨ ਆਗੂਆਂ ਦੇ ਵੱਲੋਂ ਕੀਤੀ ਜਾ ਰਹੀ ਹੈ ਕੀ ਰਣਨੀਤੀ ਤੈਅ ਕੀਤੀ ਜਾਂਦੀ ਹੈ ਇਹ ਦੇਖਣ ਵਾਲੀ ਗੱਲ ਹੈ ਕੈਮਰਾਮੈਨ ਮੋਨੂ ਦੇ ਨਾਲ ਮਨਪ੍ਰੀਤ ਸਿੰਘ ਕਾਲੋਂ ਜਗਬਾਣੀ ਟੀਵੀ ਸ਼ੰਭੂ ਬਾਰਡਰ